ਹਾਂਜੀ ਬੋਬੋ ਕਰਦੇ ਆਂ ਸਵਾਗਤ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਸੇਲ ਮਹਿਕਮੇ ਉੱਤੇ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲ ਤੇ ਕਰ ਦਿਓ ਸੈੱਟ ਤਾਂ ਕਿ ਸੁਣ ਮਿੱਤਰੇ ਵੀਡੀਓ ਚੈਨਲ ਤੇ ਮਿਲਦੀਆਂ ਰਹਿਣ ਤੇ ਸ਼ਬਦ ਪਹਿਲਾ ਛੜਾ ਹੈਲਪਲਾਈਨ ਨੰਬਰ ਕਰੋ ਨੋਟ ਇਸ ਤੇ ਪੰਜ ਤੋਂ ਛੇ ਫੋਟੋਆਂ ਭੇਜ ਕੇ ਤਾਂ ਫਵੇਂ ਨੇ ਭੇਜ ਕੇ ਕਿਸੇ ਵੀ ਛਾਂਦੀ ਲਵਾ ਸਕਦੇ ਹਾਂ ਤੇ ਅੱਜ ਆਪਾਂ ਤੁਹਾਡੇ ਲਈ ਕਾਫੀ ਟਰੈਕਟਰ ਸੇਲ ਵਾਸਤੇ ਲੈ ਕੇ ਆਏ ਹਾਂ ਸੋ ਸ਼ਬਦ ਪਹਿਲਾ ਕਰਦੇ ਆਂ ਆਪਾਂ ਮਹਿੰਦਰਾਜ਼ 475 DI ਦੀ ਜਿਸ ਦਾ ਜੋ ਮਾਡਲ ਹੈ 1999 ਮਾਡਲ ਟਰੈਕਟਰ ਦਾ ਜ ਆਪੇ ਟੈਂਕ ਦੀ ਗੱਲ ਕਰੀਏ 670 ਪੈ ਹੈ ਟਾਇਰ ਪੈਣ ਬਾਡੀ ਚਾਚ ਦਰਾਂਗ ਲਿੰਕਾਂ ਦਾ ਰੰਗ ਸਾਲ ਨਾਲ ਦਾ ਇੱਕ ਤੇ ਵੀ ਬਸਤਾ ਨਹੀਂ ਫਿਰ ਆਪਰੇ ਸਾਫ਼ ਸਭਾਲ ਜੱਟ ਰੱਖਿਆ ਗਿਆ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋਲ ਅਕੇ ਹੈ ਕੋਈ ਕੰਪਲਿਸ਼ਨ ਨਹੀਂ ਕੋਈ ਪਾਟ ਨਹੀਂ ਨਹੀਂ ਹੋਇਆ ਹੋਇਆ ਕੋਈ ਬੇਰ ਨਹੀਂ ਪਾਲਦਾ ਫੋਲ ਬਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਹੈਵੀ ਬੰਪਰ ਹੁੱਡ ਨਾਲ ਟਰੈਕਟਰ ਦੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੀ ਚਲਾ ਕੇ ਟਹਿ ਡਰਾਈਵ ਦਾ ਟਰੈਕਟਰ ਰੀਸਾ ਦਿਓ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਈਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 1,50,000 ਰੁਪਿਆ ਜੋ ਕਿ ਮੌਕੇ ਦੇ ਥੋੜਾ ਬੌਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਇਹ ਕਨਫਰਮ ਕਰ ਸਕਦੇ ਹੋ ਸਾਰੀ ਇਨਫੋਰਮੇਸ਼ਨ ਟਰੈਕਟਰ ਦੀ ਤੇ ਏਰੀਆ ਵੀ ਤੇ ਹੁਣ ਆਪਾਂ ਗਲ ਕਰਦੇ ਆ ਸੋਨਾਲੀਕਾ 60 ਦੀ ਜਿਸ ਦਾ ਇਹ ਮਾਡਲ ਹੈ 2000 ਮਾਡਲ ਦਾ ਟਰੈਕਟਰ ਦਾ ਪੰਜਾਬ ਨੰਬਰ ਟਰੈਕਟਰ ਹੈ ਜੇ ਆਪੇ ਟਾਇਰ ਦੀ ਗੱਲ ਕਰੀਏ 60 65 ਪੈ ਹੈ ਟਾਇਰ ਪੈਣੇ ਬਾਡੀ ਚਾ ਇਸ ਦਰਾਂਗ ਲਿੰਕਾਂ ਰੰਸ ਨਾਲ ਦਾ ਹੈ ਕਦੇ ਵੀ ਵਰਤਣੇ ਫਿਰ ਆਪਣੀ ਸਾਸਮਾਲ ਚੈਡਰ ਰੱਖਿਆ ਗਿਆ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋਲੋ ਕੀ ਹੈ ਕੋਈ ਐਂਬੀਸ਼ਨਿਕ ਪਾਟਸ ਨਹੀਂ ਹੋਇਆ ਕੋਈ ਬੇਰਨੀਪਾਲ ਦਾ ਫੋਲੋ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਮਗਲੇ ਟਾਈਮ ਤੇ ਵੀਡਸ ਲੱਗੇ ਤਿੰਨ ਮੈਮਗਰਾਟ ਲੱਗੇ ਹੋਏ ਨੇ ਜਿਹੜਾ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਦਾ ਟਰੈਕਟਰ ਹੀ ਸਾਦਾ ਹੈ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 1,95,000 ਰੁਪਏ ਪੰਜਾਬ ਨੰਬਰ ਟਰੈਕਟਰ ਹੈ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਸਾਰੀ ਇਨਫੋਰਮੇਸ਼ਨ ਤੇ ਏਰੀਆ ਕਨਫਰਮ ਕਰ ਸਕਦੇ ਹੋ ਤੇ ਬਈ ਯਾਰ ਕੱਲ੍ਹ ਦੀ ਵੀਡੀਓ ਵੀ ਆਉਗੀ ਪਰਸੋਂ ਦੀ ਵੀਡੀਓ ਵੀ ਹੋ ਸਕਦਾ ਆਵੇ ਤੇ ਬਈ ਅਦੂ ਬਾਕੇ ਚਾਰ ਪੰਜ ਦਿਨ ਵੀਡੀਓ ਨਹੀਂ ਆਉਗੀ ਤਾਂ ਕਰਕੇ ਯਾਰ ਸੋਰੀ ਤੇ ਅਦੂ ਅੱਗੇ ਆਪਾਂ ਲੈ ਕੇ ਆਏ ਤੁਹਾਡੇ ਲਈ ਸੇਲ ਵਾਸਤੇ ਫੋਰਡ 3600 ਜਿਸ ਦਾ ਜੋ ਮਾਡਲ ਹੈ 1987 ਮਾਡਲਾ ਟਰੈਕਟਰ ਦਾ ਜੇ ਆਪੇ ਟਾਈਮ ਦੀ ਗੱਲ ਕਰੀਏ ਮੰਗਲੇ ਟਰੈਕਟਰ ਦੇ 60 ਪੈਸੇ ਅਗਲੇ ਟਰੈਕਟਰ ਦੇ 90 ਪੈਸੇ ਪੈਣੇ ਪੰਜਾਬ ਨੰਬਰ ਟਰੈਕਟਰ ਹੈ ਬਾਡੀ ਚੈਸਤਰਾ ਨਾਲ ਲਿੰਕ ਕਰਨਸ ਹਨ ਆਲ ਦਾ ਇੱਕ ਤੇ ਵੀ ਬਸ ਤਾਂ ਹੀ ਫਿਰ ਇਹ ਪੂਰੀ ਸਵਾਸਮਾ ਦੇ ਚੈਟਰ ਰੱਖਿਆ ਗਿਆ ਹੈ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਗੰਬੇਸ ਨਹੀਂ ਕੋਈ ਪਾਰਟਸ ਨਹੀਂ ਹੋਇਆ ਕੋਈ ਰਿਪੇਅਰ ਨਹੀਂ ਪਾਲ ਦਾ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਹੁੱਡ ਨਾਲ ਟਰੈਕਟਰ ਦੇ ਜਿਹੜਾ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿਡ ਡਰਾਈਵ ਦਾ ਟਰੈਕਟਰ ਹਿਸਾ ਦੇਉ ਜਾਂ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 120000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਹੋਰ ਇਨਫੋਰਮੇਸ਼ਨ ਵੀ ਕਲੀਅਰ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੌਂਡੀਅਰ 5310 ਦੀ ਜਿਸ ਦਾ ਇਹ ਮਾਡਲ ਹੈ 2005 ਮਾਡਲ ਟਰੈਕਟਰ ਦਾ ਜਾਪੇ ਟਾਈਮ ਦੀ ਗੱਲ ਕਰੀਏ 7075 ਬਹਿ ਟਾਇਰ ਪਏ ਨੇ ਹੈਵੀ ਬੰਪਰ ਹੁੱਡ ਨਾਲ ਟਰੈਕਟਰ ਦੇ ਬਾੜੀ ਜੈਸਦਰਾਗ ਲਿੰਕਾ ਰੰਗਸ ਨਾਲ ਦਾ ਇੱਕ ਤੇ ਬਸਤਾ ਵੀ ਫਰਿਆ ਪ੍ਰਸ਼ਾਸਮਾ ਦੇ ਚੈਟ ਰੱਖਿਆ ਗਿਆ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਗੰਬੇਸ਼ ਨਹੀਂ ਕੋਈ ਪਾਰਟਸ ਨਹੀਂ ਹੋ ਕੋਈ ਬੇਰ ਨਹੀਂ ਪਾਲ ਦਾ ਫੁੱਲਪ ਦੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਦਾ ਕੈਰੇਟਰ ਹੀ ਸਾਦਾ ਹੈ ਜੇ ਆਪੇ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਨੀਆ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 3,70,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜਾਂ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਉਹ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਵਰਾਜ 735 ਦੀ ਜਿਸ ਦਾ ਜੋ ਮਾਡਲ ਹੈ 1997 ਮੌਲਾ ਟਰੈਕਟਰ ਦਾ ਅੱਜ ਆਪੇ ਟਾਈਮ ਦੀ ਗੱਲ ਕਰੀਏ ਮੰਗਲੇ ਟਾਈਟਰ ਟਰੈਕਟਰ ਦੇ 90 ਪੈਸੇ ਅਗਲੇ ਟਾਈਟਰ ਟਰੈਕਟਰ ਦੇ 50 ਪੈਸੇ ਪੈਣੇ ਬਾਡੀ ਚਾਹ ਤੇ ਰੰਗ ਲਿੰਕਾ ਰੰਗ ਸਾਰ ਨਾਲ ਟਰੈਕਟਰ ਦਾ ਕਿਤੇ ਵੀ ਬੁਸਤਾ ਨਹੀਂ ਫਰੇ ਪੂਰੀ ਸਾਸਮਾਲ ਦੇ ਜੈਟਰ ਰੱਖਿਆ ਗਿਆ ਅਗਲੇ ਟਾਈਮ ਦੇ ਮਗਰਾੜ ਲੱਗੇ ਹੋਏ ਨੇ ਹੈਵੀ ਬੰਪਰ ਹੁੱਡ ਨਾਲ ਹੈ ਇੰਜਨ ਗੇਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਗੰਬੇਸ਼ ਨਹੀਂ ਕੋਈ ਪਾਰਟਸ ਚੇਨ ਨਹੀਂ ਹੋਆ ਹੋਕਰ ਬੇਰਨੀਪਾਲ ਦਾ ਪੱਲਬ ਦੀਆ ਕੰਡੀਸ਼ਨ ਦੇ ਅੰਦਰ ਟਰੈਕਟਰ ਪਿਆ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋ ਵੀ ਬਾਕੇ ਚਲਾ ਕੇ ਟਹਿ ਡਰਾਈਵ ਦਾ ਕਰੈਕਟਰ ਰਿਹਾ ਦੇਉ ਜੇ ਆਪਾਂ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 142000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਰਿਹਾ ਦੇ ਹੋਰ ਇਨਫੋਰਮੇਸ਼ਨ ਵੀ ਲੈ 사ਦੇ ਹੂੰ ਤੇ ਹੁਣ ਆਪਾਂ ਗੱਲ ਕਰਦੇ ਆਂ फार्मट्रैक 60 ਦੀ ਜਿਸ ਦਾ ਇਹ ਮਾਡਲ ਹੈ 2004 ਮਾਡਲਾ ਟਰੈਕਟਰ ਦਾ ਜੇ ਆਪੇ ਟੈਨ ਦੀ ਗੱਲ ਕਰੀਏ ਬਿਲਕੁਲ ਨਿਊ ਟਰੈਕਟਰ ਦੇ ਟਾਇਰ ਪਏ ਨੇ ਹੈਵੀ ਬੰਪਰ ਹੁੱਡ ਨਾਲ ਟਰੈਕਟਰ ਦੇ ਬਾਡੀ ਚੈਸਿਸ ਦਰਾਂ ਲਿੰਕਾਂ ਰੰਗਸ ਨਾਲ ਦਾ ਕਿਤੇ ਬਸਤਾਂ ਫਿਰ ਆ ਪੂਰੀ ਸਾਸ ਹਮਾਲੇ ਚੈਟਰ ਰੱਖਿਆ ਗਿਆ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਗੰਬੇਸ਼ਨੀ ਕੋਈ ਪਾਰਟਸ ਚੇ ਨਹੀਂ ਹੋ ਕੋਈ ਬੇਰ ਨਹੀਂ ਭਾਲਦਾ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈ ਡਰਾਈਵ ਦਾ ਕਰੈਕਟਰ ਹੀ ਸਾਦੇ ਡੰਡਾ ਡਰਾਵਲ ਨਾਲ ਟਰੈਡ ਦੇ ਤੇ ਜੇ ਆਪਾਂ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀ ਰਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ ਜੋ ਕਿ 272000 ਰੁਪਿਆ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨਿਚੇ ਸਕਰੀਨ ਦੇ ਉੱਤੇ ਜੋ ਹੋ ਰਿਹਾ ਇਸ ਤੇ ਕਾਲ ਕਰਕੇ ਦੂਸਿਆ ਟਰੈਕਟਰ ਖੀਸਾਦੇ ਹਾਂ ਤੇ ਬਾਬਾ ਕਰਦੇ ਆ ਧੰਨਵਾਦ ਜੀ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਇਹ ਵੀਪਰਾ ਆਪਣੇ ਚੈਨਲ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਨਾਲ ਲਾ ਕੇ ਘੰਟੀ ਦੇ ਆਪਸ਼ਨ ਨੂੰ ਹਾਲ ਤੇ ਕਰ ਦਿਓ ਸੈੱਟ ਤਾਂ ਕਿ ਨਵੇਂ ਨਵੇਂ ਵੀਡੀਓ ਤੁਹਾਨੂੰ ਚੈਨਲ ਤੇ ਮਿਲਦੀਆਂ ਰਹਿਣ ਧੰਨਵਾਦ ਜੀ